ਯੁਵਰਾਜ ਨੇ ਕੱਲ ਬਿਆਨ ਦਿੱਤਾ ਕਿ 1 ਕਰੋੜ ਰੁਪਏ ਦਾ ਸ਼ਹੀਦ ਪਰਿਵਾਰ ਨੂੰ ਭੇਜ ਚੁੱਕੇ ਹਾਂ, ਸਾਨੂੰ ਕੋਈ ਮੈਸੇਜ ਨਹੀਂ ਨਾ ਕੋਈ ਪੈਸਾ ਆਇਆ ਹਾਲੇ ਤੱਕ। ਰਾਹੁਲ ਗਾਂਧੀ ਬਹੁਤ ਆਵਾਜ਼ ਉਠਾ ਰਿਹਾ ਸਦਨ ਦੇ ਵਿੱਚ, ਹੰਗਾਮਾ ਕਰ ਰਿਹਾ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਹਨਾਂ ਦੀ ਬਣਦੀ ਜੋ ਸਹੂਲਤਾਂ ਮਿਲਣੀ ਚਾਹੀਦੀ ਹੈ, ਅਗਨੀਵੀਰ ਯੋਜਨਾ ਬੰਦ ਹੋਣੀ ਚਾਹੀਦੀ ਹੈ, ਰੈਗੂਲਰ ਭਰਤੀ ਹੋਣੀ। ਮੈਨੂੰ ਸਰਕਾਰ ਵੱਲੋਂ ਸਹੂਲਤਾਂ ਮਿਲੀ ਆ, ਪੰਜਾਬ ਸਰਕਾਰ ਨੇ ਵੀ 1 ਕਰੋੜ ਰੁਪਇਆ ਦਿੱਤਾ ਸੀ ਭਗਵੰਤ ਮਾਨ ਜੀ ਨੇ, ਹੈ ਜੀ। ਦੂਸਰੀ ਬਾਕੀ ਇਹਨਾਂ ਨੇ ਗੌਰਮੈਂਟ ਸੈਂਟਰ ਨੇ ਵੀ ਉਸਾਲੀ ਭੇਜਿਆ 10 ਤਰੀਕ ਨੂੰ, 50 ਲੱਖ ਪਹਿਲੇ ਭੇਜਤਾ ICICI ਬੈਂਕ 'ਚ, ਦੋਨੋਂ ਬੈਂਕ ਮੈਂ ਪੈਸਾ ਆ ਗਿਆ। ਕਿੰਨਾ ਪੈਸਾ ਤਕਰੀਬਨ ਉਹੀ ਆ ਗਿਆ ਭਗਵੰਤ ਮਾਨ ਦਾ, 1 ਲੱਖ ਛੋੜ ਕੇ 2 ਕਰੋੜ ਤਾਂ ਇਧਰ ਆ ਹੀ ਗਿਆ। 98 ਤੋਂ 1 ਲੱਖ ਕੱਲ੍ਹ ਆਇਆ ਜੀ ਇੱਕ ਮੈਸੇਜ ਮੇਰੇ, ਇਹ ਕਹਿੰਦੇ ਫੀਸ ਕਾ ਹੋ ਫੀਸ ਵੀ ਆਉਣਾ ਵਾਲਾ ਹੈ ਕੱਲ੍ਹ ਕਹਿੰਦੇ। ਜਿਵੇਂ ਤੁਹਾਡੀ ਰਾਹੁਲ ਗਾਂਧੀ ਨੇ ਐਕਸੈਂਡਰ ਦੀ ਇੱਕ ਵੀਡੀਓ ਵਾਇਰਲ ਕੀਤੀ ਸੀਗੀ ਜਿਹਦੇ 'ਚ ਕਿਹਾ ਸੀ ਕੇਂਦਰ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਪਹੁੰਚਾਇਆ, ਉਹਦੇ 'ਚ ਕੀ ਸੱਚਾਈ ਹੈ? ਨਹੀਂ ਜੀ, ਸੱਚਾਈ ਇਹ ਆ ਵੀ 48 ਲੱਖ ਦਾ ਬੋਲ ਲਿਆ ਸੀ ਮੈਂ ਵੀ 48 ਜਾਂ ਰਾਹੁਲ ਨੂੰ ਮਾਲੂਮ ਹੈ ਵੀ 48 ਦਾ ਚਲਾ ਗਿਆ, ਅਤੇ 50 ਲੱਖ ਦਾ ਮੁਝੇ ਮਾਲੂਮ ਨਹੀਂ ਸੀ, ਮੈਨੂੰ ਜਿੱਦਾਂ ਪਤਾ ਨਹੀਂ ਸੀਗਾ ਵੀ ਦੂਸਰੀ ਬੈਂਕ ICICI ਨੇ, ਮੈਂ ਕੱਲ੍ਹ ਚੈੱਕ ਕਰਿਆ ਪਾਸਬੁੱਕ ਤਾਂ ਉਸਨੇ 50 ਲੱਖ ਹੋਰ ਆਇਆ ਹੋਇਆ। ਰੱਦ ਹੋਣੀ ਚਾਹੀਦੀ, ਰੈਗੂਲਰ ਹੋਣੀ ਚਾਹੀਦੀ, ਭਰਤੀ ਰੈਗੂਲਰ ਹੋਵੇ, ਬੇਟੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ, ਨਾ ਗੇਰ ਤੇ ਕੋਈ ਰਾਜਨੀਤੀ ਨਾ ਹੋਵੇ, ਮੇਰੇ ਬੇਟੇ ਦੇ ਰਾਜਨੀਤੀ ਦਾ ਸੁਭਾਅ ਨਾ ਉਠਾਵੇ ਕੋਈ। ਜਿਵੇਂ ਕਿ ਰਾਜਨਾਥ ਸਿੰਘ ਨੇ ਵੀ ਕਿਹਾ ਤੇ ਰਾਹੁਲ ਗਾਂਧੀ ਨੇ ਕਿਹਾ ਵੀ ਰਾਜਨਾਥ ਸਿੰਘ ਝੂਠ ਬੋਲਦਾ, ਤੇ ਤੁਸੀਂ ਵੀ ਕਿਹਾ ਸੀਗਾ ਵੀ ਉਹਨਾਂ ਨੇ ਸਾਨੂੰ ਆਇਆ ਨਹੀਂ ਕੁਛ, ਉਹਨੂੰ ਕੀ ਕਹਿੰਗੇ ਹੁਣ ਤੁਸੀਂ? ਹੁਣ ਸਹੀ ਉਹਦਾ ਵੀ ਕਹਾਂਗੇ ਰਾਜਨਾਥ ਜੀ ਵੀ ਸਹੀ ਆਪਣੀ ਤਰਫੇ, ਸਾਨੂੰ ਪਤਾ ਮਾਲੂਮ ਨਹੀਂ ਗਾ ਵੀ 50 ਲੱਖ ਉੱਤਰ ਵੀ ਆਇਆ, ਹੈ ਨਾ, ਮੈਨੇ 48 ਲੱਖ ਕਿਹਾ, ਰਾਹੁਲ ਗਾਂਧੀ ਵੀ ਸਹੀ ਆ, ਉਹਨੂੰ ਵੀ 48 ਲੱਖ ਦਾ ਮੈਸੇਜ ਗਿਆ ਸੀ ਵੀ 48 ਆ, ਬਾਕੀ ਨਹੀਂ ਕੋਈ ਝੂਠ ਮਿਲੀ, ਹੁਣ ਸਹੀ ਆ ਵੀ ਦੋਨੋਂ ਸਹੀ ਆ, ਰਾਜਨਾਥ ਜੀ ਸਿੰਘ ਰਾਜਨਾਥ ਜੀ ਵੀ ਸਹੀ ਆ, ਨਰਿੰਦਰ ਮੋਦੀ ਜੀ ਵੀ ਸਹੀ ਆ, ਰਾਹੁਲ ਵੀ ਸਹੀ ਆ ਜੀ, ਉਹਨੂੰ ਮਾਲੂਮ ਨੇ ਸੱਚਾਈ ਕਾ ਮਾਲੂਮ ਪਤਾ ਚੱਲ ਜਾਏਗਾ ਵੀ ਸਾਰੀ ਰਾਸ਼ੀ ਆਪਾਂ ਨੂੰ ਪਹੁੰਚ ਰਹੀ ਹੈ, ਬਾਕੀ ਜੋ ਬਣਦੀ ਆ 65-67 ਲੱਖ ਉਹ ਵੀ ਆ ਜਾਏਗਾ ਆਹਿਸਤਾ ਆਹਿਸਤਾ। ਹਾਂਜੀ, ਆਰਮੀ ਨਾਲ ਸੰਪਰਕ ਕੱਲ੍ਹ ਵੀ ਹੋਇਆ ਸਰ, ਕਹਿੰਦੇ 1 ਲੱਖ ਰੁਪਇਆ ਦਾ ਭੇਜ ਰਹੇ ਹਾਂ ਅਸੀਂ ਤੁਹਾਨੂੰ, ਅਸੀਂ ਕਿਹਾ ਸਾਨੂੰ ਮੈਸੇਜ ਤਾਂ ਆਇਆ ਨਹੀਂ, ਕਹਿੰਦੇ ਬਸ ਹੁਣ ਜਾ ਕੇ ਬੈਂਕ ਦੇ ਵਿੱਚ ਚੈਕਿੰਗ ਕਰਕੇ ਤੁਹਾਨੂੰ ਹੁਣੀ ਮੈਸੇਜ ਕਰਕੇ ਭੇਜ ਦਿੰਦੇ ਹਾਂ, ਕੱਲ੍ਹ ਸਾਨੂੰ ਫਿਰ 3 ਕੁ ਵਜੇ ਮੈਸੇਜ ਆ ਗਿਆ 1 ਲੱਖ ਦਾ। ਸ਼ਹੀਦਾਂ ਦੇ ਪਰਿਵਾਰਾਂ ਨੂੰ ਇਹਨਾਂ ਦੀ ਬਣਦੀ ਜੋ ਸਹੂਲਤਾਂ ਮਿਲਣੀ ਚਾਹੀਦੀ ਹੈ, ਅਗਨੀਵੀਰ ਯੋਜਨਾ ਬੰਦ ਹੋਣੀ ਚਾਹੀਦੀ ਹੈ, ਰੈਗੂਲਰ ਭਰਤੀ ਹੋਣੀ। ਮੈਨੂੰ ਸਰਕਾਰ ਵੱਲੋਂ ਸਹੂਲਤਾਂ ਮਿਲੀ ਆ, ਪੰਜਾਬ ਸਰਕਾਰ ਨੇ ਵੀ 1 ਕਰੋੜ ਰੁਪਇਆ ਦਿੱਤਾ ਸੀ ਭਗਵੰਤ ਮਾਨ ਜੀ ਨੇ, ਹੈ ਜੀ। ਦੂਸਰੀ ਬਾਕੀ ਇਹਨਾਂ ਨੇ ਗੌਰਮੈਂਟ ਸੈਂਟਰ ਨੇ ਵੀ ਉਸਾਲੀ ਭੇਜਿਆ 10 ਤਰੀਕ ਨੂੰ, 50 ਲੱਖ ਪਹਿਲੇ ਭੇਜਤਾ ICICI ਬੈਂਕ 'ਚ, ਦੋਨੋਂ ਬੈਂਕ ਮੈਂ ਪੈਸਾ ਆ ਗਿਆ। ਕਿੰਨਾ ਪੈਸਾ ਤਕਰੀਬਨ ਉਹੀ ਆ ਗਿਆ ਭਗਵੰਤ ਮਾਨ ਦਾ, 1 ਲੱਖ ਛੋੜ ਕੇ 2 ਕਰੋੜ ਤਾਂ ਇਧਰ ਆ ਹੀ ਗਿਆ। 98 ਤੋਂ 1 ਲੱਖ ਕੱਲ੍ਹ ਆਇਆ ਜੀ ਇੱਕ ਮੈਸੇਜ ਮੇਰੇ, ਇਹ ਕਹਿੰਦੇ ਫੀਸ ਕਾ ਹੋ ਫੀਸ ਵੀ ਆਉਣਾ ਵਾਲਾ ਹੈ ਕੱਲ੍ਹ ਕਹਿੰਦੇ। ਜਿਵੇਂ ਤੁਹਾਡੀ ਰਾਹੁਲ ਗਾਂਧੀ ਨੇ ਐਕਸੈਂਡਰ ਦੀ ਇੱਕ ਵੀਡੀਓ ਵਾਇਰਲ ਕੀਤੀ ਸੀਗੀ ਜਿਹਦੇ 'ਚ ਕਿਹਾ ਸੀ ਕੇਂਦਰ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਪਹੁੰਚਾਇਆ,
ਨਹੀਂ ਜੀ, ਸੱਚਾਈ ਇਹ ਆ ਵੀ 48 ਲੱਖ ਦਾ ਬੋਲ ਲਿਆ ਜਿਵੇਂ ਵੀ 48 ਲੱਖ ਰਾਹੁਲ ਨੂੰ ਮਾਲੂਮ ਹੈ ਵੀ 48 ਦਾ ਚਲਾ ਗਿਆ ਤੇ 50 ਲੱਖ ਦਾ ਮੁਝੇ ਮਾਲੂਮ ਨਹੀਂ ਸੀ ਮੈਨੂੰ, ਜਿੱਦਾਂ ਪਤਾ ਨਹੀਂ ਸੀਗਾ ਵੀ ਦੂਜੀ ਬੈਂਕ ICICI ਨੇ, ਮੈਂ ਕੱਲ੍ਹ ਚੈੱਕ ਕਰਿਆ ਪਾਸਬੁੱਕ ਤਾਂ ਉਸਨੂੰ 50 ਲੱਖ ਹੋਰ ਆਇਆ ਹੋਇਆ। ਹਾਂਜੀ ਹਾਂਜੀ ਹਾਂਜੀ, ਉਹ ਬਾਕੀ ਆਹਿਸਤਾ ਤਾਂ ਸਾਰੀ ਮਿਲ ਜਾਊਗੀ ਜੋ ਵੀ ਰਹਿੰਦੀ ਆ, ਬਾਕੀ ਰਕਮ ਮਿਲ ਜਾਣੀ ਆ। ਬਾਕੀ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਤਾਂ ਇਹ ਕਰਦੇ ਹਾਂ ਵੀ ਇਹ ਜਿਹੜੀ ਅਗਨੀਵੀਰ ਯੋਜਨਾ ਤੇ ਰੱਦ ਹੋਣੀ ਚਾਹੀਦੀ ਹੈ, ਭਰਤੀ ਰੈਗੂਲਰ ਹੋਣੀ ਚਾਹੀਦੀ ਹੈ, ਜਿੱਦਾਂ ਫੌਜ ਦੀ ਭਰਤੀ ਰੈਗੂਲਰ ਹੋਵੇ, ਬੇਟੇ ਨੂੰ ਸਰੀਰ ਦਾ ਦਰਜਾ ਦਿੱਤਾ ਜਾਵੇ, ਨਾ ਕਿ ਇਹ ਤੇ ਕੋਈ ਰਾਜਨੀਤੀ ਨਾ ਹੋਵੇ, ਮੇਰੇ ਬੇਟੇ ਰਾਜਨੀਤੀ ਦਾ ਸੁਭਾਅ ਨਾ ਉਠਾਵੇ ਕੋਈ। ਜਿਵੇਂ ਕਿ ਰਾਜਨਾਥ ਸਿੰਘ ਨੇ ਵੀ ਕਿਹਾ ਤੇ ਰਾਹੁਲ ਗਾਂਧੀ ਨੇ ਕਿਹਾ ਵੀ ਰਾਜਨਾਥ ਸਿੰਘ ਝੂਠ ਬੋਲਦਾ, ਤੇ ਤੁਸੀਂ ਵੀ ਕਿਹਾ ਸੀਗਾ ਵੀ ਉਹਨਾਂ ਨੇ ਸਾਨੂੰ ਆਇਆ ਨਹੀਂ ਕੁਛ, ਉਹਨੂੰ ਕੀ ਕਹਿੰਗੇ ਹੁਣ ਤੁਸੀਂ? ਹੁਣ ਸੀ ਉਹਦਾ ਵੀ ਕਹਿੰਗੇ ਰਾਜਨਾਥ ਜੀ ਵੀ ਸਹੀ ਆਪਣੀ ਤਰਫ ਸਾਨੂੰ ਪਤਾ ਮਾਲੂਮ ਹੈਗਾ ਵੀ 50 ਲੱਖ ਉੱਤਰ ਵੀ ਆਇਆ ਹੈ ਨਾ, ਮੈਂ 48 ਲੱਖ ਕਿਹਾ, ਰਾਹੁਲ ਗਾਂਧੀ ਵੀ ਸਹੀ ਆ ਉਹਨੂੰ ਵੀ 48 ਲੱਖ ਦਾ ਮੈਸੇਜ ਲਿਆ ਵੀ 48 ਆ, ਬਾਕੀ ਨਹੀਂ ਕੋਈ ਝੂਠ ਮਿਲੀ, ਹੁਣ ਸਹੀ ਆ ਵੀ ਦੋਨੋਂ ਸਹੀ ਆ, ਰਾਜਨਾਥ ਜੀ ਸਿੰਘ ਰਾਜਨਾਥ ਜੀ ਵੀ ਸਹੀ ਆ, ਨਰਿੰਦਰ ਮੋਦੀ ਜੀ ਵੀ ਸਹੀ ਆ, ਰਾਹੁਲ ਜੀ ਸਹੀ ਆ ਜੀ, ਉਹਨੂੰ ਮਾਲੂਮ ਨੇ ਸੱਚਾਈ ਕਾ ਮਾਲੂਮ ਪਤਾ ਚੱਲ ਜਾਏਗਾ ਵੀ ਸਾਰੀ ਰਾਸੀ ਆਪਾਂ ਨੂੰ ਪਹੁੰਚ ਰਹੀ ਹੈ, ਬਾਕੀ ਜੋ ਬਣਦੀ ਆ 65 ਲੱਖ ਉਹ ਵੀ ਆ ਜਾਏਗਾ ਆਹਿਸਤਾ ਆਹਿਸਤਾ। ਹਾਂਜੀ ਆਰਮੀ ਨਾਲ ਸੰਪਰਕ ਕੱਲ ਵੀ ਹੋਇਆ ਸਰ, ਕਹਿੰਦੇ 1 ਲੱਖ ਰੁਪਇਆ ਦਾ ਭੇਜ ਰਹੇ ਹਾਂ ਅਸੀਂ ਤੁਹਾਨੂੰ, ਅਸੀਂ ਕਿਹਾ ਸਾਨੂੰ ਮੈਸੇਜ ਤਾਂ ਆਇਆ ਨਹੀਂ, ਕਹਿੰਦੇ ਬਸ ਹੁਣੀ ਜਾ ਕੇ ਬੈਂਕ ਦੇ ਵਿੱਚ ਚੈਕਿੰਗ ਕਰਕੇ ਤੁਹਾਨੂੰ ਹੁਣੀ ਮੈਸੇਜ ਕਰਕੇ ਭੇਜ ਦਿੰਦੇ ਹਾਂ, ਕੱਲ ਸਾਨੂੰ ਫਿਰ 3 ਕੁ ਵਜੇ ਮੈਸੇਜ ਆ ਗਿਆ 1 ਲੱਖ ਦਾ। ਹਾਂਜੀ ਹਾਂਜੀ ਇਰਫਾਨ ਦਵਾਇਆ ਵੀ ਬਾਕੀ ਰਕਮ ਵੀ ਜੋ ਬਣਦੀ ਆ ਤੁਹਾਡੀ ਸਪੋਰਟ ਮਿਲੂਗੀ, ਜੇ ਤੁਹਾਡੇ ਜਿਹੜੇ ਅਧੂਰੇ ਕੰਮ ਰਹਿੰਦੇ ਆ ਉਹ ਸਾਰੇ ਪੂਰੇ ਹੋ ਜਾਣਗੇ।